ਇੱਕ ਦੂਜੇ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਸਰਪੰਚੀ ਨੂੰ ਲੈ ਕੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਸਰਪੰਚੀ ਦੀਆਂ ਚੋਣਾਂ ਆਉਂਦੀਆਂ ਨੇ ਤਾਂ ਉਦੋਂ ਪਿੰਡਾਂ ਦੇ ਵਿੱਚ ਮਾਹੌਲ ਭਖ ਜਾਂਦਾ, ਕਿਉਂਕਿ ਧੜੇਬਾਜ਼ੀਆਂ ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਉੱਪਰ ਤਲਖੀ ਕਿਤੇ ਨਾ ਕਿਤੇ ਦਿਖਾ ਜਾਂਦੀਆਂ ਨੇ, ਤਾਂ ਇੱਕ ਦੂਜੇ ਦੇ ਉੱਪਰ ਹਮਲਾ ਵੀ ਕਰ ਦਿੱਤਾ ਜਾਂਦਾ ਹੈ। ਅਜਿਹੀ ਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਮੁਕਤਸਰ ਦੇ ਪਿੰਡ ਸੀਰਾਂਵਾਲੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਮੰਨੇ ਜਾਂਦੇ ਗੁਰਵੀਰ ਸਿੰਘ ਕਾਕੂ ਸੀਰਵਾਲੀ ਤੇ ਹਮਲਾ ਕਰ ਦਿੱਤਾ ਗਿਆ। ਦਰਅਸਲ ਇਹ ਸਾਰੀ ਗੱਲਬਾਤ, ਪੀੜਤ ਦਾ ਕਹਿਣਾ ਹੈ ਕਿ ਸਾਰੀ ਗੱਲਬਾਤ ਜਿਹੜੀ ਹੈ ਉਹ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਈ, ਕਿਉਂਕਿ ਅਸੀਂ ਆਪਣੇ ਇੱਕ ਸਾਥੀ ਨੂੰ ਮੈਂਬਰ ਖਿਲਾਰਨ ਦੇ ਵਜੋਂ ਅਸੀਂ ਗੱਲਬਾਤ ਕਰਨੀ ਸੀ ਤਾਂ ਉਹ ਸਾਡੀ ਪਲੈਨਿੰਗ ਚੱਲ ਰਹੀ ਸੀਗੀ, ਔਰ ਦੂਜੀ ਧਿਰ ਨੇ ਕਿਹੜ ਕੱਢਣੀ ਚਾਹੀ ਔਰ ਇਸੇ ਦੇ ਵਿੱਚ ਆਣ ਕੇ ਦੂਜੀ ਧਿਰ ਨੇ ਸਾਡੇ ਤੇ ਹਮਲਾ ਕਰ ਦਿੱਤਾ। ਇੱਟਿਆਂ ਦੇ ਨਾਲ ਹਮਲਾ ਕੀਤਾ ਗਿਆ, ਸਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੱਟਾਂ ਲੱਗੀਆਂ ਹੋਈਆਂ ਨੇ। ਫਿਲਹਾਲ ਜਿਹੜਾ ਪੀੜਤ ਹੈ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਉੱਥੇ ਉਸਦਾ ਇਲਾਜ ਚੱਲ ਰਿਹਾ, ਕਾਫੀ ਗੰਭੀਰ ਹੈ, ਸਿਰ ਦੇ ਵਿੱਚ ਕਾਫੀ ਸੱਟਾਂ ਜਿਹੜੀਆਂ ਲੱਗੀਆਂ ਨੇ, ਕਿਉਂਕਿ ਇੱਟੇ ਜਦੋਂ ਮਾਰੇ ਗਏ ਨੇ ਤਾਂ ਉਹ ਸਿਰ ਦੇ ਵਿੱਚ ਲੱਗੇ ਨੇ, ਜਿਸ ਕਾਰਨ ਹਾਲਤ ਥੋੜੀ ਗੰਭੀਰ ਦੱਸੀ ਜਾ ਰਹੀ ਹੈ, ਤਾਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਰ ਪੀੜਤ ਦਾ ਕਹਿਣਾ ਹੈ ਕਿ ਸਾਡੀ ਗੱਲਬਾਤ ਚੱਲ ਰਹੀ ਸੀ, ਅਸੀਂ ਆਪਣੇ ਸਾਥੀ ਨੂੰ ਮੈਂਬਰ ਖਿਲਾਰਨਾ ਸੀ ਪਿੰਡ ਦੇ ਵਿੱਚ, ਪਰ ਦੂਜੀ ਧਿਰ ਨੇ ਕਿਹੜ ਰੱਖੀ ਔਰ ਦੂਜੀ ਧਿਰ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ ਹੈ। ਸਰਪੰਚੀ ਚੋਣਾਂ ਨੂੰ ਲੈ ਕੇ ਇਹ ਸਾਰੀ ਤਲਖੀ ਜਿਹੜੀ ਹੈ, ਗਹਿਮਾ ਗਾਮੀ ਜਿਹੜੀ ਆ ਉਹ ਵਧੀਆ, ਕਿਉਂਕਿ ਅਕਸਰ ਹੀ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਉਹ ਗਰਮ ਹੋ ਜਾਂਦਾ ਹੈ, ਜਦੋਂ ਰਿਜ਼ਲਟ ਆਉਂਦਾ ਹੈ, ਜਦੋਂ ਨਤੀਜਾ ਆਉਂਦਾ ਤਾਂ ਉਦੋਂ ਵੀ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਨਿਕਲ ਕੇ ਆਉਂਦੀਆਂ ਕਿ ਪਿੰਡ ਦੇ ਵਿੱਚ ਲੜਾਈ ਹੋ ਗਈ ਜਾਂ ਗੋਲੀਆਂ ਚਲਾ ਦਿੱਤੀਆਂ ਗਈਆਂ, ਤਾਂ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਪਰ ਆ ਸਰਪੰਚੀ ਚੋਣਾਂ ਦੀ ਤਰੀਕ ਐਲਾਨਣ ਤੋਂ ਪਹਿਲਾਂ ਹੀ ਜਿਹੜੀ ਵਿਰੋਧੀ ਧਿਰ ਨੇ ਇੱਕ ਧਿਰ ਦੇ ਉੱਪਰ ਹਮਲਾ ਕਰ ਦਿੱਤਾ ਹੈ, ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ। ਹਾਲਾਂਕਿ ਪੀੜਤ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪੀੜਤ ਦਾ ਕਹਿਣਾ ਹੈ ਕਿ ਸਾਰਾ ਰੌਲਾ ਜਿਹੜਾ ਆ ਉਹ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਪਿਆ, ਅਸੀਂ ਆਪਣੇ ਇੱਕ ਸਾਥੀ ਨੂੰ ਮੈਂਬਰ ਖਿਲਾਰਨਾ ਸੀ ਜਿਹਦੀ ਪਲੈਨਿੰਗ ਚੱਲੀ ਜਾਂਦੀ ਸੀ, ਅਸੀਂ ਇੱਕ ਦੂਜੇ ਦੇ ਨਾਲ ਪਲੈਨਿੰਗ ਕਰ ਰਹੇ ਸੀਗੇ ਔਰ ਦੂਜੀ ਧਿਰ ਦੇ ਵੱਲੋਂ ਆਣ ਕੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ, ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ ਦੂਜੀ ਧਿਰ, ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਔਰ ਸਾਡੇ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ, ਤਾਂ ਸਿਰ ਦੇ ਵਿੱਚ ਵੀ ਕਾਫੀ ਸੱਟਾਂ ਲੱਗੀਆਂ ਨੇ। ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਹੀ ਸਕਦੇ ਹੋ, ਮੁਕਤਸਰ ਦੇ ਪਿੰਡ ਸੀਰਵਾਲੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਅਮਰਿੰਦਰ ਰਾਜਾ ਵੜਿੰਗ ਦੇ ਕਰੀਬੀ ਮੰਨੇ ਜਾਂਦੇ ਨੇ ਇਹ ਗੁਰਵੀਰ ਸਿੰਘ ਕਾਕੂ ਸੀਰਵਾਲੀ, ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ, ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰਕਾਰ ਵਜ੍ਹਾ ਕੀ ਬਣੀ ਹੈ ਹਮਲੇ ਦੀ, ਕਿਉਂ ਇੱਕ ਦੂਜੇ ਦੇ ਉੱਪਰ ਅਟੈਕ ਕੀਤਾ ਗਿਆ, ਕੀ ਗੱਲ ਹੋਈ ਸਰਪੰਚੀ ਚੋਣਾਂ ਨੂੰ ਲੈ ਕੇ ਹੋਈ ਜਾਂ ਫਿਰ ਕੁਝ ਹੋਰ, ਤਾਂ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਹਾਂ। ਇਹ ਰੀਲੀ ਘਟਨਾ ਇਹ ਹੈ ਵੀ ਆ ਰਾਤ ਜਿਵੇਂ ਆ ਹੁਣ ਆਪਾਂ ਨੂੰ ਚੱਲੀ ਜਾਂਦਾ 3-4 ਦਿਨ 'ਚ ਪੂਰੇ ਪੰਜਾਬ 'ਚ ਮਾਹੌਲ ਆ ਵੀ ਆ ਪੰਚਾਇਤੀ ਚੋਣਾਂ ਦੇ ਆ ਜਿਹੜੀ ਰਿਜ਼ਰਵੇਸ਼ਨ ਚੱਲੀ ਜਾਂਦੀ ਆ ਜਾਂ ਸਾਰੇ ਪਿੰਡਾਂ ਦਾ ਕਿਤੇ ਕੋਈ ਜਰਨਲ ਹੋ ਗਿਆ ਕੋਈ ਰਿਜ਼ਰਵ ਹੋ ਗਿਆ, ਉਹ ਜਿਹੜੀ ਘਟਨਾਕ੍ਰਮ ਪਿੰਡਾਂ 'ਚ, ਕਿਉਂਕਿ ਖਾਸ ਕਰਕੇ ਮੁਕਤਸਰ ਹਲਕੇ 'ਚ ਚਲੋ ਪ੍ਰਧਾਨ ਸਾਹਿਬ ਵੱਲੋਂ ਵੀ ਡਿਊਟੀ ਹੈ, ਵੜਿੰਗ ਸਾਹਿਬ ਵੱਲੋਂ ਮੇਰੀ, ਮੈਂ ਪਿੰਡ ਪਿੰਡ ਜਾ ਕੇ ਅਤੇ ਆਪਦੇ ਚਲੋ ਜਿੰਨੇ ਵੀ ਸਾਥੀ ਹੈਗੇ ਉਹਨਾਂ ਨੂੰ ਆਹ ਲਾਭਬੰਦ ਕਰਦੇ ਹਾਂ ਵੀ ਵਧੀਆ ਬੰਦਾ ਬਣੇ, ਕੰਮ ਵਾਲਾ ਬੰਦਾ ਬਣੇ ਪਿੰਡਾਂ 'ਚ, ਸਰਪੰਚੀ ਦੇ ਜਿਹੜੇ ਹੁਣ ਦੌਰ ਚੱਲੀ ਜਾਂਦੇ। ਉਸੇ ਲੜੀ ਤਹਿਤ ਮੈਂ 10 ਵਜੇ ਆਪਦੇ ਪਿੰਡ ਆਇਆ, ਇੱਧਰੋਂ ਹੁੰਦਾ ਹੋਇਆ ਪਿੰਡਾਂ 'ਚੋਂ 4-5 ਪਿੰਡਾਂ ਦਾ ਸੀਗਾ ਅਤੇ ਪਿੰਡਾਂ 'ਚੋਂ ਹੁੰਦਾ, 10 ਵਜੇ ਆਪਦਾ ਪਿੰਡ ਆਇਆ ਅਤੇ ਉਹ ਸਾਡਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ, ਉਹਦੇ 'ਚ
ਗੱਲ ਜਦੋਂ ਚੱਲੀ ਗੱਲ ਚੱਲੀ ਗਈ ਤੇ ਉਹ ਕੋਈ ਦੋ ਤਿੰਨ ਸ਼ਰਾਰਤੀ ਬੰਦਿਆਂ ਨੇ ਆਖਿਆ ਵੀ ਯਾਰ ਯਾਰ ਕੋਈ ਚੁੱਪ ਦੀ ਗੱਲ ਆਖੀ। ਮੈਂ ਕਿਹਾ ਐਂ ਚੰਗਾ ਨਹੀਂ ਲੱਗਦਾ, ਮੈਂ ਕਿਹਾ ਯਾਰ ਸਾਡੇ ਵਾਲੀਬਾਲ ਖੇਡਦੇ ਆ ਮੁੰਡੇ, ਮੈਂ ਕਿਹਾ ਮੈਂ ਉੱਥੇ ਆਉਣਾ ਯਾਰ ਤੇ ਚੱਲ ਕੋਈ ਨਹੀਂ ਆਪਾਂ ਇੱਥੇ ਸਾਡੇ ਮੈਂ ਇੱਕ ਮੁੰਡੇ ਨੂੰ ਮੈਂਬਰ ਠਾਉਣਾ ਸੀਗਾ ਸੀ, ਉਹ ਆਪਦੀ ਕਰੀ ਜਾਂਦੇ ਸੀ ਵਿਉਤਬੰਦੀ ਜਿਵੇਂ ਅਕਸਰ ਹੀ ਪਿੰਡਾਂ 'ਚ ਕਰਦੇ, ਮੈਂ ਉਹਨਾਂ ਦੇ ਘਰੇ ਜਾਣਾ ਸੀਗਾ, ਦੱਸ ਦੇ ਕਈ ਟਾਈਮ ਸੀਗਾ, ਮੈਂ ਕਿਹਾ ਮੈਂ ਇੱਥੇ ਹੀ ਆਉਣਾ ਆਪਾਂ ਗੱਲ ਕਰ ਲੈਂਦੇ ਹਾਂ। ਤੇ ਉਹ ਬੰਦੇ ਜਿਹੜੇ ਪਹਿਲਾਂ ਦੇਖ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ, ਤੇ ਮੈਂ ਉਹਦੇ ਨਾਲ ਜਦੋਂ ਉੱਥੇ ਅਸੀਂ ਰੁਕ ਕੇ ਗੱਲ ਕਰਨ ਲੱਗ ਗਏ ਉਹ ਵੀ ਗੱਲ ਕਰੀ ਗਿਆ, ਤੇ ਉਹ ਥੋੜ੍ਹਾ ਜਿਹਾ ਉਹਨੇ ਮਾਹੌਲ ਤਲਕੀ ਲੱਗੀ ਤਾਂ ਜਿਵੇਂ ਪ੍ਰੀ ਪਲੈਨਡ ਹੁੰਦਾ ਉਹਨੇ ਸਾਰਾ। ਫਿਰ ਉਹਦਾ ਬ੍ਰਦਰ ਆ ਗਿਆ ਘਰੋਂ ਤੇ ਉਹਦਾ ਘਰ ਨੇੜੇ ਸੀਗਾ ਤੇ ਅਸੀਂ ਰੋਡ ਤੇ ਖੜੇ ਸੀਗੇ, ਇਹਨਾਂ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜੇ ਸੀ, ਤੇ ਉਹ ਆ ਗਿਆ ਤੇ ਉਹਨੇ ਉਹਦੀ ਸ਼ਰਾਬ ਜ਼ਿਆਦਾ ਪੀਤੀ ਸੀ ਤੇ ਬਹੁਤ ਨਸ਼ੇ 'ਚ ਸੀਗਾ, ਤੇ ਉਦੋਂ ਬਾਅਦ ਤਿੰਨ ਚਾਰ ਲੋਕ ਮੁੰਡੇ ਪਿੱਛੇ ਹੋਰ ਆ ਕੇ ਤੇ ਉਹਨਾਂ ਨੇ ਮੇਰੇ ਤੇ ਬਈ ਆਪਾਂ ਜਾਨਲੇਵਾ ਹਮਲਾ ਕੀਤਾ। ਪਰ ਮੈਂ ਆ ਕਰਦਾ ਵੀ ਇਹੋ ਜਿਹੇ ਹਮਲੇ ਆਟੇ 'ਚ ਨਹੀਂ ਜਾਣਦਾ ਮੈਂ, ਤੇ ਮੈਂ ਹੁਣ ਆ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਜਿੱਥੇ ਜਿੱਥੇ ਸਾਡੇ ਮੁਕਤਸਰ ਹਲਕੇ 'ਚ ਜਾਂ ਮੇਰੇ ਪਿੰਡ 'ਚ ਬੰਦੇ ਵੀ ਠਾਵਾਂਗੇ ਤੇ ਬਾਬੇ ਦੀ ਕਿਰਪਾ ਨਾਲ ਜਿਤਾਵਾਂਗੇ। ਤੁਹਾਨੂੰ ਕੀ ਲੱਗਦਾ ਕਿਹੜੀ ਪਾਕਿੰਦੇ ਨਾਲ ਸੰਬੰਧਿਤ ਸੀਗੇ ਜਾਂ ਕੋਈ ਇਹੋ ਜਿਹਾ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ ਜਾਂ ਕੁਝ ਇਸ ਤਰ੍ਹਾਂ ਦਾ? ਸੰਬੰਧਿਤ ਤਾਂ ਜੀ ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰੀ ਸੀਗਾ ਤੇ ਬਸ ਆ ਹੁਣ ਚੱਕਵੇਂ ਚੁੱਲ੍ਹੇ ਬਈ ਜਿਹੜੇ ਇਹਨਾਂ ਦਾ ਕੋਈ ਸੰਬੰਧ ਕਿਸੇ ਨਾਲ ਮੈਨੂੰ ਲੱਗਦਾ ਹੈ ਨਹੀਂ, ਪਰ ਰੋਲ ਜ਼ਿਆਦਾ ਸ਼ਹਿ ਜਿਹੜੀ ਉਹ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਹੈਗਾ। ਹੁਣ ਮੰਗ ਕੀ ਕਰਦੇ ਹੈਗੇ ਹੋ?